ਥੱਲੇ ਕਹਿ ਨਹੀਂ ਥੱਲੇ ਪੈ ਕੇ ਇੱਥੇ ਪਕਾਉਂਦੀਆਂ ਆਪ ਇੱਥੋਂ ਪਿਆ ਕੇ ਕੱਪੜੀਆਂ ਤੇ ਬੋਰ ਥੱਲੇ ਪੁੱਛਦੀਆਂ ਵਾ ਤੇ ਕੰਦਾ ਚਾਉਂਦੀਆਂ ਬੰਦੇ ਵਾਰ ਹੁਣ ਵੇਖੋ ਨਾ ਜੇ ਸਮਾਨ ਫੜਿਆ ਗਿਆ ਅੰਦਰੋਂ ਤੇ ਖੋਲੋ ਨਹੀਂ ਗਿਆ ਜੇ ਨਾ ਫੜਿਆ ਜਾਊਗਾ ਤੇ ਬੂਆ ਵੀ ਖੋਲਦੀਆਂ ਬੂਆ ਖੋਲਣ ਸੱਤੇ ਆ ਤੇ ਹਾਂ ਬੂਆ ਜੀ ਖੋਲਣ ਅੱਜ ਦੀ ਗੱਲ ਕਰ ਪਰਸੋਂ ਦਾ ਰਾਈਮੋ ਵੀ ਕਰਤਾ ਅੱਜ ਦੀ ਗੱਲ ਕਰ ਚਲੋ ਨਾਲ ਨਹੀਂ ਰੇਡ ਨਹੀਂ ਆਪਾਂ ਇਹਨੂੰ ਕਹਿ ਸਕਦੇ, ਮਾਮੂਲੀ ਝਗੜਾ ਸੀਗਾ। ਕੱਲ ਇੱਕ ਦਰਬਾਰ ਸਿੰਘ ਨਾਮ ਦਾ ਬੰਦਾ ਆ, ਦੂਜੇ ਬੰਨੇ ਅਜੂ ਨਾਮ ਦਾ ਬੰਦਾ ਸੀਗਾ। ਇਹਨਾਂ ਦਾ ਮਹੱਲੇਦਾਰੀ ਤੌਰ ਤੇ ਆਪਸੀ ਝਗੜਾ ਹੋਇਆ ਸੀਗਾ, ਜਿਹਦਾ ਅਸੀਂ ਕੰਪਰੋਮਾਈਜ਼ ਕਰਾਤਾ ਸੀਗਾ ਕੱਲ ਹੀ। ਅੱਜ ਫਿਰ ਉਹਨਾਂ ਦੀ ਦਿਲਬਾਗ ਸਿੰਘ ਦੀ ਪਾਰਟੀ ਵੱਲੋਂ ਕੋਈ ਬੰਦਾ ਵਾ ਜਿਹਦੇ ਨਾਲ ਦੂਜੀ ਪਾਰਟੀ ਦਾ ਝਗੜਾ ਹੋ ਗਿਆ ਵਾ। ਇਹ ਸ਼ੱਕ ਕਰਦੇ ਸੀਗੇ ਵੀ ਇਹ ਘਰ ਦੇ ਵਿੱਚ ਬੰਦੇ ਵੜੇ ਆ, ਉਹ ਅਸੀਂ ਮੌਕੇ 'ਤੇ ਆਣ ਕੇ ਵੇਖ ਲਿਆ ਸਿਰਫ ਘਰ ਵਾਲੇ ਮਿਲੇ ਆ। ਹੁਣ ਇਹ ਕਹਿੰਦੇ ਬੰਦੇ ਭਜਾ ਦਿੱਤੇ ਆ, ਅਸੀਂ ਘਰ ਵਾਲਿਆਂ ਨੂੰ ਨਾਲ ਲੈ ਲਿਆ ਆ। ਮੈਂ ਦੱਸ ਰਿਹਾ ਘਰ ਵਾਲਿਆਂ ਨਾਲ ਲੈ ਲਿਆ, ਵੈਰੀਫਾਈ ਕਰਾਂਗੇ ਜੇ ਇਹਨਾਂ ਦਾ ਕਸੂਰ ਹੋਊਗਾ ਕਾਰਵਾਈ ਕਰਾਂਗੇ, ਨਹੀਂ ਹੋਊਗਾ ਨਹੀਂ ਕਰਾਂਗੇ। ਜਾ ਰਿਹਾ ਕਿ ਉਹ ਨਸ਼ਾ ਵੇਚਦੇ ਤੇ ਸੇਵ ਵਪਾਰ ਦਾ ਧੰਦਾ ਕਰਾਉਂਦੇ ਆ। ਦੇਖੋ ਜਦੋਂ ਕੋਈ ਝਗੜਾ ਹੁੰਦਾ ਵਾ ਤੇ ਇੱਕ ਪਾਰਟੀ ਦੂਜੀ ਪਾਰਟੀ ਤੇ ਐਲੀਗੇਸ਼ਨ ਲਾਉਂਦੀ ਲਾਉਂਦੀ ਆ। ਇਹ ਸਾਨੂੰ 2 ਦਿਨ 4 ਦਿਨ 10 ਦਿਨ ਪਹਿਲਾਂ ਇਹਨਾਂ ਨੇ ਦੱਸਿਆ ਹੋਵੇ ਤੇ ਅਸੀਂ ਕਾਰਵਾਈ ਕਰਕੇ ਰਿਕਵਰੀ ਕਰਦੇ, ਪਰਚਾ ਦਿੰਦੇ, ਕਾਰਵਾਈ ਕਰਦੇ। ਇਹ ਤੇ ਆਮ ਗੱਲ ਹੈ ਵੀ ਜਦੋਂ ਕਿਸੇ ਦੇ ਕੋਈ ਝਗੜਾ ਹੁੰਦਾ ਤੇ ਇੱਕ ਦੂਜੇ ਤੇ ਐਲੀਗੇਸ਼ਨ ਲਾਉਂਦੇ ਆ। ਚਲੋ ਕੋਈ ਗੱਲ ਨਹੀਂ, ਕਈ ਵਾਰੀ ਬੰਦਾ ਘਬਰਾ ਕੇ ਨਹੀਂ ਖੋਲਦਾ ਵੀ ਮੈਨੂੰ ਪੁਲਿਸ ਫੜ ਕੇ ਨਾ ਲੈ ਜੇ। ਕਈ ਵਾਰੀ ਕਿਸੇ 'ਚ ਗਲਤੀ ਵੀ ਹੁੰਦੀ ਪਰ ਮੇਰੀ ਪੁਲਿਸ ਪਾਰਟੀ ਨੇ ਚੈੱਕ ਕਰ ਲਿਆ, ਕੋਈ ਇਹੋ ਜਿਹੀ ਚੀਜ਼ ਨਹੀਂ ਮਿਲੀ ਉੱਥੇ ਵੀ ਜਿੱਥੇ ਆਪ ਕੋ ਇਤਰਾਜ਼ਯੋਗ ਹੋਵੇ। ਭਾਜੀ ਮੈਂ 4 ਦਿਨਾਂ ਬਾਅਦ ਗੱਡੀ ਤੋਂ ਆਇਆ, ਮੈਂ ਜੀ ਲੰਘਦਾ ਪਿਆ ਸੀ। ਇਹ ਭਾਜੀ ਮੇਰੀ ਗੱਲ ਸੁਣ, ਗੁੰਡੇ ਬਦਮਾਸ਼ ਜੋ ਇੱਧਰ ਰਹਿੰਦੇ ਆ, ਚਿੱਟਾ ਵੀ ਵਿਕਦਾ ਵਾ, ਜਨਾਨੀਆਂ ਦੀ ਵੀ ਬਲੈਕਮੇਲ ਹੁੰਦੀ, ਇੱਜ਼ਤ ਲੁੱਟੀ ਜਾਂਦੀ ਆ, ਮਤਲਬ ਕਿ ਜੋ ਧੰਦਾ ਚੱਲਦਾ। ਇਹਨਾਂ ਮੇਰੇ ਘਰ ਮੁੰਡੇ ਪਵਾ ਤੇ 5500 ਰੁਪਈਆ ਤੇ ਮੇਰਾ ਫੋਨ ਹੈ ਜਿਹੜਾ ਕੱਢ ਕੇ ਲੈ ਗਏ ਤੇ ਆ ਕੇਛੀ ਹੋਣਾ। ਫੋਨ ਤੁਹਾਡੇ ਕੋਲ ਰੰਜਿਸ਼ ਸੀ ਪੁਰਾਣੀ? ਨਹੀਂ ਜੀ, ਕੋਈ ਰੰਜਿਸ਼ ਨਹੀਂ। ਹਾਂਜੀ, ਖੋ ਮਾਰ ਹੋਈ ਆ ਜੀ, 5500 ਰੁਪਈਆ ਤੇ ਫੋਨ ਵੀ ਲੈ ਗਏ, ਨਾਲ ਮੇਰੇ ਦਾਤਰ ਮਾਰ ਗਏ ਆ ਜੀ। ਇਨਸਾਫ ਇਹੋ ਚਾਹੁੰਦੇ ਮਾਰੇ ਵੀ ਮਿਹਨਤੀ ਬੰਦਿਆਂ ਦੇ ਆਹ ਕੰਮ ਜਿਹੜਾ ਮਹੱਲੇ ਚੋਂ ਬਿਲਕੁਲ ਗੰਦ ਖਤਮ ਕੀਤਾ ਜਾਵੇ, ਇਹਨਾਂ ਘਰਾਂ ਨੂੰ ਇੱਥੋਂ ਕੱਢਿਆ ਜਾਵੇ ਜੀ। ਤੇ ਹੁਣ ਤੁਹਾਨੂੰ ਇਹ ਕੁੱਟਮਾਰ ਹੋਈ ਹੈ ਤੇ ਕਿੱਥੇ ਸੱਟਾਂ ਕਿੱਥੇ ਲੱਗੀਆਂ? ਸੱਟਾਂ ਸਿਰ 'ਚ, ਦਾਤਰ ਮਾਰੇ ਆ ਜੀ। ਫੋਨ ਕਿੰਨੇ ਦਾ ਤੁਹਾਡਾ? ਜਿਹੜਾ ਫੋਨ ਹੈਗਾ ਜੀ ਕੋਈ 17-16 ਹਜ਼ਾਰ ਦਾ ਤੇ 5500 ਰੁਪਈਆ ਨਕਦੀ।